ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਕਾਫੀ ਜ਼ਿਆਦਾ ਸਪੈਸ਼ਲ ਹੋਣ ਜਾ ਰਹੀ ਆ ਤਾਂ ਬਹੁਤੀ دیر ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਆਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸੁਖ ਜੋਹਲ ਬਾਰੇ ਤਾਂ ਬੀਤੇ ਦਿਨੀ ਸੁਖ ਜੋਹਲ ਅਤੇ ਉਹਨਾਂ ਦੀ ਫੈਮਿਲੀ 에ਅਰਪੋਰਟ ਤੇ ਪੁੱਜੀ ਸੀ ਜਿਸ ਤੋਂ ਬਾਅਦ ਕਈਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਸਨ ਕਿ ਆਖਿਰ ਇਹਨਾਂ ਦੇ ਪਰਿਵਾਰ ਵਿੱਚੋਂ ਫਾਰਨ ਕੌਣ ਗਿਆ ਹੈ ਕਈਆਂ ਨੂੰ ਵੀਡੀਓ ਬਾਦ ਲੱਗ ਰਿਹਾ ਸੀ ਕਿ ਸ਼ਾਇਦ ਸੁਖਜੋਹਲ ਦੀ ਸਿਸਟਰ ਫਾਰਨ ਚਲੀ ਗਈ ਹੈ ਪਰ ਤੁਹਾਨੂੰ ਦੱਸ ਦਈਏ ਸੁਖਜੋਹਲ ਦੀ ਸਿਸਟਰ ਨਹੀਂ ਬਲਕਿ ਉਹਨਾਂ ਦੇ ਫਾਦਰ ਨਿਊਜ਼ੀਲੈਂਡ ਲਈ ਰਵਾਨਾ ਹੋਏ ਸਨ ਤੁਸੀਂ ਤਾਂ ਜਾਣਦੇ ਹੀ ਹੋਵੋਗੇ ਕਿ ਇਹਨਾਂ ਦੀ ਵੱਡੀ ਸਿਸਟਰ ਨਿਊਜ਼ੀਲੈਂਡ ਦੇ ਵਿੱਚ ਰਹਿੰਦੀ ਹੈ ਜਿਨ੍ਹਾਂ ਨੇ ਕਿ ਆਪਣੇ ਫਾਦਰ ਨੂੰ ਉੱਥੇ ਬੁਲਾਇਆ ਇੰਨਾ ਹੀ ਨਹੀਂ ਬੀਤੇ ਦਿਨ ਸੁਖਜੋਹਲ ਦੇ ਪੇਰੈਂਟਸ ਦੀ ਐਨੀਵਰਸਰੀ ਸੀ ਜਿਸ ਦੇ ਦੌਰਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਤੁਸੀਂ ਆਪਣੀ ਸਕਰੀਨ ਤੇ ਚੱਲਦੀ ਹੋਈ ਦੇਖ ਸਕਦੇ ਹੋ ਮੰਮੀ ਹੈਲੋ ਕਰ ਦੇ ਹੈਲੋ ਕਰ ਦੇ ਡੈਡੀ ਇੱਧਰ ਆ ਕਾ ਮਾਂ ਚ ਜਾ ਗੱਲ ਮੰਮੀ ਸਜਣਾ ਚੱਲ ਆ ਜੀ ਮੈਂ ਤਲਾ ਹੁਣ ਮੈਂ ਡੈਰੀ ਇਹ ਕਹਿ ਰਹੇ ਐ ਕਰ ਦੋ ਉੱਥੇ ਹੀ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਸੰਦੀਪ ਬਾਜਵਾ ਬਾਰੇ ਇਸ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਇਹ ਲੜਕਾ ਅਮਰੀਕਾ ਦੀ ਗੋਰੀ ਨਾਲ ਵਿਆਹ ਕਰਾਉਣ ਕਰਕੇ ਕਾਫੀ ਚਰਚਾ ਵਿੱਚ ਆਇਆ ਸੀ ਅਤੇ ਬੀਤੇ ਦਿਨੀ ਸੰਦੀਪ ਬਾਜਵਾ ਵੱਲੋਂ ਆਪਣੀ ਅਮਰੀਕਨ ਵਾਈਫ ਦਾ ਟੈਟੂ ਆਪਣੀ ਬਾਹ ਤੇ ਬਣਵਾਇਆ ਗਿਆ ਜਿਸ ਦੀ ਵੀਡੀਓ ਤੁਸੀਂ ਸਕਰੀਨ ਤੇ ਚੱਲਦੀ ਦੇਖ ਸਕਦੇ ਹੋ ਦਰਅਸਲ ਇਸ ਵੀਡੀਓ ਦੇ ਰਾਹੀਂ ਸੰਦੀਪ ਬਾਜਵਾ ਨੇ ਆਪਣੇ ਹੇਟਰਸ ਨੂੰ ਜਵਾਬ ਦਿੱਤਾ ਹੈ ਜੋ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਗੋਰੀ ਇਸ ਨੂੰ ਬਾਹਰ ਨਹੀਂ ਲੈ ਕੇ ਜਾਵੇਗੀ। ਉੱਥੇ ਇਹ ਹਮੇਸ਼ਾ ਕਹਿੰਦਾ ਰਹਿੰਦਾ ਹੈ ਕਿ ਮੇਰੀ ਵਾਈਫ ਮੇਰੇ ਨਾਲ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰੇਗੀ। ਉਹ ਮੇਰੇ ਲਈ ਉੱਥੇ ਪ੍ਰੈਪਰੇਸ਼ਨਜ਼ ਕਰ ਰਹੀ ਹੈ ਐਂਡ ਜਦ ਮੇਰੇ ਸਾਰੇ ਡਾਕੂਮੈਂਟਸ ਅਤੇ ਪੇਪਰਜ਼ ਕੰਪਲੀਟ ਹੋ ਜਾਣਗੇ ਉਹ ਮੈਨੂੰ ਉੱਥੇ ਬੁਲਾ ਲਵੇਗੀ। ਇਸ ਦੇ ਚਲਦਿਆਂ ਅੱਜ ਸੰਦੀਪ ਬਾਜਵਾ ਨੇ ਆਪਣੀ ਬਾਹ ਤੇ ਟੈਟੂ ਪਣਵਾ ਲਿਆ ਹੈ। ਵੈਲੇਨਾ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਤੁਸੀਂ ਸੁਖਜੋਹਲ ਤੇ ਸੰਦੀਪ ਬਾਜਵਾ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਐਡ ਨਾਲ ਹੀ ਇਸ ਤਰ੍ਹਾਂ ਦੀ ਅਪਡੇਟਸ ਲੈਣ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ